ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ। ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਜਦੋਂ ਰਾਤ ਦੇ ਹਨੇਰੇ ਦੇ ਵਿੱਚ ਚਾਰ ਚੋਰ ਆਉਂਦੇ ਨੇ ਅਤੇ ਦੁਕਾਨ ਦਾ ਸ਼ਟਰ ਤੋੜਦੇ ਨੇ ਅਤੇ ਉੱਥੋਂ ਬੈਟਰੀਆਂ ਚੋਰੀ ਕਰਕੇ ਲੈ ਜਾਂਦੇ ਨੇ। ਇਹ ਸਾਰੀ ਘਟਨਾ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀ ਹੈ, ਜਿਸ ਦੇ ਵਿੱਚ ਵੇਖਿਆ ਜਾਂਦਾ ਹੈ ਕਿ ਇੱਕ ਆਟੋ ਦੇ ਵਿੱਚ ਇਹ ਚੋਰ ਆਉਂਦੇ ਨੇ। ਚਾਰ ਚੋਰ ਇਸ ਆਟੋ ਦੇ ਵਿੱਚੋਂ ਨਿਕਲਦੇ ਨੇ ਤੇ ਇੱਕ ਚੋਰ ਜਿਹੜਾ ਹੁੰਦਾ ਹੈ ਉਹ ਆਟੋ ਰਿਕਸ਼ਾ ਦੇ ਵਿੱਚ ਹੀ ਬੈਠਾ ਹੁੰਦਾ ਹੈ ਤੇ ਇਹਨਾਂ ਵੱਲੋਂ ਪਹਿਲਾਂ ਦੁਕਾਨ ਦਾ ਸ਼ਟਰ ਤੋੜਿਆ ਜਾਂਦਾ ਹੈ, ਫਿਰ ਉੱਥੋਂ 12 ਬੈਟਰੀਆਂ ਕੱਢ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਦੁਕਾਨ ਦੇ ਵਿੱਚ ਪਈ ਨਕਦੀ ਵੀ ਇਹਨਾਂ ਵੱਲੋਂ ਚੁੱਕ ਲਈ ਜਾਂਦੀ ਹੈ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਇਹ ਚੋਰ ਉੱਥੋਂ ਫਰਾਰ ਹੋ ਜਾਂਦੇ ਨੇ। ਇਹ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ। ਉੱਥੇ ਦੁਕਾਨ ਮਾਲਕ ਰੋਹਿਤ ਅਰੋੜਾ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ 10 ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ ਅਤੇ ਸਵੇਰੇ ਉਹਨਾਂ ਨੂੰ ਉਹਨਾਂ ਦੇ ਗਵਾਂਢੀ ਦਾ ਫੋਨ ਆਇਆ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਅਤੇ ਜਦੋਂ ਆ ਕੇ ਵੇਖਿਆ ਤਾਂ ਵਾਕਈ ਹੀ ਸ਼ਟਰ ਟੁੱਟਿਆ ਹੋਇਆ ਸੀ ਤੇ ਦੁਕਾਨ ਦੇ ਅੰਦਰ ਰੱਖੀਆਂ ਬੈਟਰੀਆਂ ਵੀ ਉੱਥੋਂ ਗਾਇਬ ਸਨ ਅਤੇ ਆਫਿਸ ਦਾ ਸਮਾਨ ਵੀ ਪੂਰੀ ਤਰ੍ਹਾਂ ਬਿਖਰਿਆ ਹੋਇਆ ਸੀ ਅਤੇ ਜਦੋਂ ਉਹਨਾਂ ਵੱਲੋਂ ਸੀਸੀਟੀਵੀ ਚੈੱਕ ਕੀਤੀ ਗਈ ਤਾਂ ਰਾਤ ਦੇ ਕਰੀਬ 3 ਵਜੇ ਇਹਨਾਂ ਚੋਰਾਂ ਵੱਲੋਂ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਬੈਟਰੀਆਂ ਦੀ ਕੀਮਤ ਤਕਰੀਬਨ 10,000 ਸੀ ਤੇ ਆਫਿਸ ਦੇ ਵਿੱਚ ਪਈ 7,000 ਦੀ ਨਗਦੀ ਵੀ ਚੋਰ ਲੈ ਕੇ ਫਰਾਰ ਹੋ ਗਏ। ਫਿਲਹਾਲ ਦੁਕਾਨਦਾਰ ਨੇ ਇਸ ਸਾਰੀ ਵਾਰਦਾਤ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ ਤੇ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਹੁਣ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ। ਨਾਮ ਦਾ ਨਾਮ ਇੱਕੋ ਸਪਾਕ ਹੈ ਜੀ। ਇਹ ਰਿਕਸ਼ਾ ਦੀ ਦੁਕਾਨ ਹੈ ਆਪਣੀ। ਦੁਕਾਨ ਕਿੱਥੇ ਹੈਗੀ ਹੈ ਜੀ? ਟ੍ਰਾਂਸਪੋਰਟ ਨਗਰ ਮੇਨ ਚੌਂਕ 'ਚ ਬਜੇ ਹਾਈਵੇ ਤੇ ਪਹਿਲੀ ਦੁਕਾਨ ਹੈ ਸਰ। ਕਿੰਨਾ ਕੁ ਨੁਕਸਾਨ ਹੋ ਗਿਆ? ਜੋ ਤੁਸੀਂ ਸਮਝ ਆ ਰਿਹਾ ਜੀ ਉਹ ਤੋਂ ਦੇਖੋ 1,25,000 ਦਾ ਤਾਂ ਦਿਖਦਾ ਹੀ ਪਿਆ ਜੀ ਅੱਖਾਂ ਸਾਹਮਣੇ। ਬਾਕੀ ਦੇਖਦੇ ਕੋਈ ਚੀਜ਼ਾਂ, ਦੋ ਚਾਰ ਚੀਜ਼ਾਂ ਮੇਨ ਜਿਹੜੀਆਂ ਹੁੰਦੀਆਂ ਮਹਿੰਗੀਆਂ ਉਹ ਉਹਨਾਂ ਨਾਲ ਚੱਕ ਕੇ ਲੈ ਗਏ। ਬੈਟਰੀਆਂ ਕਿੰਨੀਆਂ ਸੀਗੀਆਂ ਅਤੇ ਉਹਦੀ ਕਿੰਨੀ? 12 ਬੈਟਰੀ ਤਾਂ ਸਾਡੇ ਅੱਖਾਂ ਦੇ ਸਾਹਮਣੇ ਹੀ ਸੀ ਜਿਹੜੀਆਂ ਪਈਆਂ, ਬਾਕੀ ਦੇਖਦੇ ਹਾਂ। ਇੱਕ ਬੈਟਰੀ ਦਾ ਕਿੰਨਾ ਕੁ ਅਮਾਊਂਟ ਹੈ ਜੀ? 10 ਤੋਂ ਲੈ ਕੇ 11,000 ਦੇ ਵਿੱਚ ਹੁੰਦੀ ਹੈ ਜੀ ਇੱਕ ਬੈਟਰੀ ਨਵੀਂ ਬੈਟਰੀ। ਅਤੇ ਕੈਸ਼ ਕਿੰਨਾ ਲੱਗੇਗਾ? ਕੈਸ਼ 7,000 ਲੱਗ ਜਾਗੇ ਤਾਂ ਪਿਆ ਸੀਗਾ ਜੀ। ਆਟੋ ਵਾਲੇ ਕਿੰਨੇ ਕੁ ਵਜੇ ਤਕਰੀਬਨ ਰਾਤ ਨੂੰ ਆਏ ਆ ਜੀ? 2:45 ਦੇ ਲਾਗੇ ਛੱਗੇ। ਜਿਹੜੇ ਆਟੋ ਵਾਲੇ ਆਏ ਸੀਗੇ ਚਾਰ ਸ਼ਖਸ ਸੀਗੇ, ਉਹਨਾਂ ਦਾ ਹੁਲੀਆ ਕਿੱਦਾਂ ਦਾ ਸੀ? ਮਾਸਕ ਪਾਏ ਹੋਏ ਸੀ, ਮੁੰਡੇ ਗੁੰਡੇ ਜੀ ਸੀਗੇ, ਮਾਸਕ ਪਾਏ ਹੋਏ ਸੀ। ਤੇ ਸੀਸੀ ਕੈਮਰੇ 'ਚ ਕੁਛ ਆਇਆ ਜੀ? ਬੈਟਰੀ ਚੱਕਦੇ ਲੈ ਕੇ ਜਾਂਦੇ ਨਜ਼ਰ ਆ ਰਿਹਾ ਸੀ। ਆਟੋ ਦਾ ਕੋਈ ਨੰਬਰ ਵਗੈਰਾ ਕੋਈ ਆਇਆ ਹੋਵੇ? ਉਹ ਤਾਂ ਕੋਈ ਨੰਬਰ ਤਾਂ ਹੈ ਹੀ ਨਹੀਂ ਸੀ, ਦੂਰ ਖੜਾ ਸੀ ਆਟੋ। ਥਾਣਾ ਕਿਹੜਾ ਸਰ? 8 ਨੰਬਰ ਦੂਜਾ ਲਾ। ਠੀਕ ਹੈ। ਕਿਹੜੇ ਆਫੀਸਰ ਨੂੰ ਤੁਸੀਂ ਕੰਪਲੇਂਟ ਦਿੱਤੀ ਹੈ? ਏਐਸਏ ਸੀਗੇ ਜੀ ਸੰਜੇ ਕੁਮਾਰ ਨਾਮ ਤੋਂ ਆਏ ਨੇ, ਆਪਣੇ ਕਾਗਜ਼ੀ ਕਾਰਵਾਈ ਕਰਕੇ ਗਏ ਨੇ। ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਕੰਮ ਕਾਰ ਕਰਦੇ ਨੂੰ? ਕੰਮ ਤੋਂ ਤਕਰੀਬਨ 8 ਸਾਲ ਤਾਂ ਹੋ ਗਏ ਜੀ। ਅਤੇ ਕਿੱਥੇ ਆਪਣੀ ਰਿਹਾਇਸ਼ ਕਿੱਥੇ ਹੈ ਸਰ? ਮੇਰੀ ਰਿਹਾਇਸ਼ ਮਕਸੂਦਾ ਹੈ। ਇੱਕ ਨਾ ਸਵੇਰੇ ਪੈਟਰੋਲ ਤੋਂ ਫੋਨ ਆਇਆ ਸੀ ਵੀ ਇੱਥੇ ਰਿਕਸ਼ਾ ਆਪਣੇ ਟ੍ਰਾਂਸਪੋਰਟ ਬੋਰਡ ਦੇ ਥੱਲੇ ਈ ਰਿਕਸ਼ਾ ਦੀ ਦੁਕਾਨ ਹੈਗੀ ਆ, ਜਿੱਥੇ ਈ ਰਿਕਸ਼ੇ ਨਵੇਂ ਮਿਲਦੇ ਆ। ਅਤੇ ਉੱਥੇ ਮੈਂ ਮੌਕੇ 'ਤੇ ਪੁੱਜਿਆ ਸੀ, ਦੇਖਿਆ ਇੱਕ ਪਾਸੋਂ ਸ਼ਟਰ ਤੋੜਿਆ, ਇੱਕ ਸ਼ਟਰ ਉਹਨਾਂ ਜਾਂਦੇ ਜਾਂਦੇ ਖੁੱਲ੍ਹਾ ਸੀ। ਅਤੇ ਉਹਨਾਂ ਦੇ ਕਹਿਣ ਮੁਤਾਬਕ ਉਹ ਕਹਿੰਦੇ 10-12 ਬੈਟਰੀਆਂ ਗਈਆਂ, ਪਰ ਅਜੇ ਦੇਖ ਰਹੇ ਹਾਂ, ਵੈਰੀਫਾਈ ਕਰਦੇ ਹਾਂ ਕਿ ਇਹਦਾ ਲਾਗੇ ਅਤੇ ਸੀਸੀਟੀਵੀ ਕੈਮਰੇ ਲੱਗੇ ਆ ਜਿਹਦੇ ਵਿੱਚ ਫੁਟੇਜ ਦੇਖ ਰਹੀ ਹੈ। ਸ਼ਾਇਦ 4 ਬੰਦੇ ਕੋਈ ਆਟੋ 'ਤੇ ਆਏ ਆ, ਉਹਨਾਂ ਨੇ ਚੋਰੀ ਕੀਤੀ ਹੈ। ਫਿਰ ਵੀ ਬਾਕੀ ਜਿਹੜਾ ਹੈਗਾ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ, ਉਹ ਵੈਰੀਫਿਕੇਸ਼ਨ ਕਰਕੇ ਤੁਹਾਨੂੰ ਸਾਰਾ ਦੱਸਿਆ। ਤੁਹਾਡਾ ਸ਼ੁਭ ਨਾਮ ਸਰ? ਏ ਐੱਸ ਆਈ ਸੰਜੇ। ਥਾਣਾ ਨੰਬਰ ਸਰ? ਥਾਣਾ ਡਿਵੀਜ਼ਨ ਨੰਬਰ 8।